ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲਈ ਆਪਾਂ ਅਕਸਰ ਦੇਖਿਆ ਹੋਣਾ ਜਿੰਨੇ ਸੰਤ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਦਾਦੀ ਨਾਨੀ ਜਾਂ ਫਿਰ ਮਾਂ ਵੱਲੋਂ ਗੁਰੂ ਦੀਆਂ ਸਾਖੀਆਂ ਸਿੱਖਿਆਵਾਂ ਤੇ ਉਹਨਾਂ ਦੇ ਰਾਹ ਦੱਸੇ ਜਾਂਦੇ ਨੇ ਉਹਨਾਂ ਨੂੰ ਗੁਰਬਾਣੀ ਸੁਣਾਈ ਜਾਂਦੀ ਹੈ ਨਾਲ ਗੁਰਬਾਣੀ ਦੇ ਅਰਥ ਵੀ ਸਮਝਾਏ ਜਾਂਦੇ ਨੇ ਦੱਸੋ ਅੱਜ ਇਹ ਚੀਜ਼ਾਂ ਕਿੱਥੇ ਹਨ ਆਪਣੇ ਆਪਣੇ ਅੰਦਰ ਝਾਤ ਮਾਰੋ ਕਿ ਅਸੀਂ ਹਾਂ ਉਹਨਾਂ ਦੇ ਰਸਤੇ ਤੇ ਆਪਾਂ ਆਪਣੇ ਬੱਚੇ ਨੂੰ ਕੀ ਦੱਸਦੇ ਹਾਂ ਇਹ ਜੋ ਗੱਲਾਂ ਨੇ ਇਹ ਸਾਡੇ ਅੰਦਰ ਜਦੋਂ ਅਸੀਂ ਛੋਟੇ ਹੁੰਦੇ ਹਾਂ ਉਦੋਂ ਤੋਂ ਸਾਡੇ ਅੰਦਰ ਜਾਂਦੀਆਂ ਹਨ ਇਹ ਸੰਸਕਾਰਾਂ ਦੀ ਨਹੀਂ ਏ ਜੋ ਅਸੀਂ ਉਸ ਸਮੇਂ ਰੱਖਣੀ ਹੁੰਦੀ ਹੈ ਜਦੋਂ ਬੱਚਾ ਛੋਟਾ ਹੈ ਅੰਮ੍ਰਿਤ ਵੇਲੇ ਉੱਠ ਉਸ ਨੂੰ ਜਪਜੀ ਸਾਹਿਬ ਕੋਲ ਬਿਠਾ ਕੇ ਕਰੋ ਤੇ ਸ਼ਾਮ ਨੂੰ ਰੈਰਾਸ ਕਰੋ ਉਹਨੂੰ ਗੁਰਬਾਣੀ ਦਾ ਮਹੱਤਵ ਦੱਸੋ ਜਦੋਂ ਆਪਾਂ ਗੁਰਬਾਣੀ ਦੇ ਲੜ ਲੱਗਾਂਗੇ ਅਤੇ ਸੱਚ ਦੇ ਰਾਹ ਤੇ ਚੱਲਾਂਗੇ ਸਾਡਾ ਬੱਚਾ ਸਾਨੂੰ ਵੇਖ ਕੇ ਹੀ ਸਭ ਸਿੱਖਦਾ ਹੈ ਪਹਿਲਾਂ ਖੁਦ ਨੂੰ ਸੁਧਾਰੋ ਜੇ ਆਪਾਂ ਆਪਣਾ ਸਮਾਂ ਟੈਲੀਵਿਜ਼ਨ ਵੇਖ ਕੇ ਜਾਂ ਦੂਜਿਆਂ ਦੀਆਂ ਨਿੰਦਿਆ ਚੁਗਲੀ ਕਰਨ ਵਿੱਚ ਗੁਜ਼ਾਰਾਂਗੇ ਤਾਂ ਹੋਵੇਗਾ ਕੀ ਸੁਪਨੇ ਵਿੱਚ ਵੀ ਉਹੀ ਹੋਏਗਾ ਤੇ ਜੀਵਨ ਤੇ ਵੀ ਉਸਦਾ ਹੀ ਪ੍ਰਭਾਵ ਰਹੇਗਾ ਇਸ ਲਈ ਸੋਚ ਨੂੰ ਚੰਗੇ ਪਾਸੇ ਲਾਈਏ ਤਾਂ ਕਿ ਸਭ ਚੰਗਾ ਹੋ ਸਕੇ ਜਦੋਂ ਨੇਹੀ ਚੰਗੀ ਮਜ਼ਬੂਤ ਰੱਖਾਂਗੇ ਤੇ ਆਪੇ ਹੀ ਭਵਿੱਖ ਸੁਖਾਲਾ ਹੋਵੇਗਾ ਜਦੋਂ ਨਾਮ ਜਪਣ ਲੱਗਦੇ ਆ ਤਾਂ ਸਾਡਾ ਵਾ ਮਨ ਦੇ ਨਾਲ ਪੈਂਦਾ ਤੇ ਮਨ ਜਮਾ ਨਹੀਂ ਮੰਨਦਾ ਕਿ ਮੈਂ ਵਾਹਿਗੁਰੂ ਦਾ ਨਾਮ ਜਪਣਾ ਜੋ ਦੂਜੇ ਪਦਾਰਥਾਂ ਨੂੰ ਉਹਨਾਂ ਨੂੰ ਜ਼ਿਆਦਾ ਮਨ ਮੰਨਦਾ ਕਿਸੇ ਨੂੰ ਪੁੱਛੋ ਤੁਸੀਂ ਪਾਠ ਕਰਦੇ ਹੋ ਕਹਿਣਗੇ ਜੀ ਸਾਡਾ ਮਨ ਨਹੀਂ ਲੱਗਦਾ ਕਿੰਨਾ ਸਮਾਂ ਗੁਰਬਾਣੀ ਨੂੰ ਉਚਾਰਦੇ ਹੋ ਜਬਜੀ ਸਾਹਿਬ ਅੱਗੇ ਕੀ ਪੜਦੇ ਹੋ ਸੁਣ ਵਿੱਚ ਆਉਂਦਾ ਹੈ ਦੀ ਸਾਡੇ ਕੋਲ ਸਮਾਂ ਹੀ ਨਹੀਂ ਹੈ। ਨਾਮ ਸਿਮਰਨ ਵਾਸਤੇ ਅਸੀਂ ਕਦੇ ਵੀ ਖੁਦ ਨੂੰ ਤਿਆਰ ਨਹੀਂ ਕਰਦੇ। ਜੇ ਕਰਦੇ ਆ ਤਾਂ ਪਹਿਲਾਂ ਮਨ ਵਿੱਚ ਆਉਂਦਾ ਹੈ ਕਿ ਇਹ ਕਰਨ ਨਾਲ ਮੈਨੂੰ ਲਾਭ ਕੀ ਹੋਵੇਗਾ। ਆਪਾਂ ਤਾਂ ਪਾਠ ਨਾਮ ਹੀ ਗਿਣਮਿਣ ਕਰਦੇ ਆ। ਮਨ ਸਾਥ ਨਹੀਂ ਦਿੰਦਾ ਕਿਉਂਕਿ ਅਸੀਂ ਖੁਦ ਨੂੰ ਪਹਿਲਾਂ ਹੀ ਹਿੰਮਤ ਨਹੀਂ ਕਰਦੇ। ਵਾਹਿਗੁਰੂ ਦੀ ਬਖਸ਼ੀਸ਼ ਨੂੰ ਨਹੀਂ ਸਮਝਦੇ ਜੋ ਮੰਗੋਗੇ ਉਹ ਮਿਲ ਜਾਵੇਗਾ ਤੁਸੀਂ ਪਾਠ ਨੂੰ ਕਰਕੇ ਤਾਂ ਵੇਖੋ ਜੇ ਆਪਾਂ ਨਾਮ ਨੂੰ ਵਿਸਾਰਦੇ ਆ ਤਾਂ ਤਨ ਨੂੰ ਅੱਗੇ ਮਿਲਣੀ ਹੈ ਵਾਹਿਗੁਰੂ ਜੀ ਨੇ ਦੁੱਖਾਂ ਦੀ ਦੁਨੀਆ ਨਹੀਂ ਸੀ ਬਣਾਈ ਉਹਨਾਂ ਤਾਂ ਆਨੰਦ ਦੀ ਦੁਨੀਆ ਬਣਾਈ ਸੀ ਪਰ ਆਪਾਂ ਤਾਂ ਬਸ ਮਾਇਆ ਦੇ ਵਿੱਚ ਲਿਪਟੋਗੇ ਰਹਿ ਗਏ ਤਾਂ ਆਪਾਂ ਨੂੰ ਇੱਕ ਛਿਣ ਵੀ ਚੇਤੇ ਨਹੀਂ ਆਉਂਦਾ ਕਿ ਮੇਰੀ ਜ਼ਿੰਦਗੀ ਦਾ ਅਸਲ ਮਕਸਦ ਕੀ ਹੈ ਨਾਮ ਬਹੁਤ ਕੀਮਤੀ ਚੀਜ਼ ਹੈ ਨਾਮ ਜਪਣ ਨਾਲ ਸਾਰੇ ਦੁੱਖ ਤੇ ਖੜਾ ਹੀ ਛੁੱਟ ਜਾਂਦਾ ਹੈ ਜਦੋਂ ਭੁੱਖ ਲੱਗਦੀ ਹੈ ਨਾ ਵਾਇਗਰੋ ਦੇ ਨਾਮ ਦੀ ਤਾਂ ਉਹ ਕੀ ਖਾਂਦੀ ਹੈ ਉਹ ਸਾਡੇ ਸਾਰੇ ਦੁੱਖ ਕਸ਼ਟ ਮੁਸੀਬਤਾਂ ਨੂੰ ਖਾ ਜਾਂਦੀ ਹੈ ਤੇ ਆਨੰਦमय ਜੀਵਨ ਨੂੰ ਸਾਨੂੰ ਪ੍ਰਦਾਨ ਕਰਦੀ ਹੈ ਇਸ ਲਈ ਨਾਮ ਨੂੰ ਵਿਸਾਰਨਾ ਨਹੀਂ ਚਾਹੀਦਾ ਆਪਣੇ ਮਨ ਨੂੰ ਇਹ ਦੱਸ ਮਨਾ ਜਦੋਂ ਇਹ ਸਭ ਕਰ ਦੱਸੇਗਾ ਨਾ ਕਿ ਹਾਂ ਇਹ ਸਭ ਹੁੰਦਾ ਹੈ ਉਹ ਇਹ ਬਹਾਨੇ ਨਹੀਂ ਕਰੇਗਾ ਤੇ ਵਾਹਿਗੁਰੂ ਦੇ ਲੜ ਲੱਗ ਜਾਏਗਾ ਜਦੋਂ ਵਾਹਿਗੁਰੂ ਦੇ ਲੜ ਲੱਗੇਗਾ ਆਪੇ ਸਾਰੇ ਪਾਸੋਂ ਬਰਕਤ ਹੋਏਗੀ ਬਗੈਰ ਗੁਰੂ ਤੋਂ ਕੋਈ ਵੀ ਮੁਕਤ ਨਹੀਂ ਹੋ ਸਕਦਾ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਜੇ ਪਾਲ ਸਾਗਰੇ ਇਹ ਪਾਰ ਨਹੀਂ ਹੋਣਾ ਗੁਰੂ ਬਿਨਾ ਅਸੀਂ ਆਪਣਾ ਜਨਮ ਵਿਅਰਥ ਗਵਾ ਤੁਰ ਜਾਂਦੀ ਹੈ ਪਰ ਕਦੇ ਪਾਰ ਨਹੀਂ ਲੰਘਦੇ ਪਾਰ ਸਿਰਫ ਗੁਰੂ ਦੀ ਸਿੱਖਿਆ ਧਾਰਨ ਕਰਨ ਵਾਲੇ ਹੀ ਲੰਘਦੇ ਹਨ ਚਾਰ ਤਰ੍ਹਾਂ ਦੇ ਗੁਰੂ ਹਨ ਸੰਸਾਰੰਦੇ ਇੱਕ ਤਾਂ ਉਹ ਹਨ ਅਜੇ ਕੱਚੇ ਗੁਰੂ ਇੱਕ ਨੇ ਅੰਨੇ ਗੁਰੂ ਤੀਸਰੇ ਹੁੰਦੇ ਨੇ ਵਿਦਵਾਨ ਗੁਰੂ ਜਾਣਦੇ ਸਭ ਹੁੰਦੇ ਨੇ ਤੇ ਅਥੋਰਟੀ ਨਹੀਂ ਹੁੰਦੀ ਉਹਨਾਂ ਕੋਲ ਤੇ ਚੌਥੇ ਹੁੰਦੇ ਨੇ ਸਮਰੱਥ ਗੁਰੂ ਜੋ ਸਮਰੱਥ ਹੁੰਦੇ ਨੇ ਉਹਨਾਂ ਦੀ ਕਿਰਿਆ ਵੀ ਨਿਰਾਲੀ ਹੁੰਦੀ ਹੈ ਤੇ ਉਹਨਾਂ ਦੀ ਜੋ ਯੋਗਤਾ ਹੁੰਦੀ ਹੈ ਉਹ ਵਾਕ ਕੀ ਦਿਖਾਈ ਦਿੰਦੀ ਹੈ ਭਾਈ ਗੁਰਦਾਸ ਜੀ ਨੂੰ ਉਹ ਦਰਜਾ ਸਮਾਨਿਆ ਗਿਆ ਜਿਵੇਂ ਦੀ ਜਿਸ ਦੀ ਭਾਵਨਾ ਹੁੰਦੀ ਹੈ ਓਵੇਂ ਦਾ ਹੀ ਨਜ਼ਰੀਆ ਕਰਦਾ ਹੈ ਇਸ ਤਰ੍ਹਾਂ ਦੇ ਨਾਲ ਉਹ ਸਤਗੁਰਪੁਰ ਹੈ ਸਾਡੇ ਕੋਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਗੁਣਾਂ ਦੇ ਦਾਤਾ ਹਨ ਸਾਡੀ ਸਭ ਜਾਣਦੇ ਹਨ ਸਿਰਫ ਲੋੜ ਹੈ ਤੇ ਸਾਨੂੰ ਅੱਖਾਂ ਖੋਲ ਕੇ ਗੁਰਬਾਣੀ ਪੜਨੀ ਪੜ ਕੇ ਉਹਦੇ ਅਰਥਾਂ ਨੂੰ ਸਮਝਣਾ ਅਤੇ ਜੀਵਨ ਵਿੱਚ ਧਾਰਨ ਕਰਨਾ ਜਿੱਦਨੇ ਕਰ ਲਿਆ ਨਾ ਉਸ ਦਿਨ ਸਾਰੇ ਹੀ ਸੁਖੀ ਹੋ ਜਾਣਗੇ ਪੜੇ ਵਿੱਚ ਬਹੁਤੇ ਐਵੇਂ ਦੇ ਨੇ ਜੋ ਕਹਿੰਦੇ ਨੇ ਇਸ ਦਿਨ ਇਹ ਕੰਮ ਨਹੀਂ ਕਰਨਾ ਅਸ਼ubh ਹੁੰਦਾ ਹੈ ਇਹ ਸ਼ubh ਹੁੰਦਾ ਹੈ ਤੇ ਚੰਗੇ ਪੜੇ ਲਿਖੇ ਲੋਕਾਂ ਨੇ ਘਰਾਂ ਦੁਕਾਨਾਂ ਅੱਗੇ ਸਬਜ਼ੀਆਂ ਟੱਗੀਆਂ ਹਨ ਮਰਚਾ ਨਿੰਬੂ ਹੋਰ ਪਤਾ ਨਹੀਂ ਕੀ-ਕੀ ਲਾ ਕੇ ਬੈਠੇ ਹੁਣ ਇਹ ਕਿਉਂ ਲਾਈ ਨੇ ਪਤਾ ਕੀ ਕਿ ਕੋਈ ਸਾਡੇ ਘਰ ਜਾਂ ਦੁਕਾਨ ਨੂੰ ਨਜ਼ਰ ਨਾ ਲਾ ਜਾਵੇ ਸਭ ਨੂੰ ਪਤਾ ਹੈ ਵੀ ਐਸਾ ਕੁਝ ਨਹੀਂ ਹੁੰਦਾ ਪਰ ਆਪਾਂ ਅੱਜ ਵੀ ਇੰਨੇ ਜ਼ਿਆਦਾ ਅੰਧਵਿਸ਼ਵਾਸ ਵਿੱਚ ਫਸੇ ਆ ਫਿਰ ਵੀ ਤੰਗੀ ਜਾ ਰਿਹਾ ਅਸੀਂ ਤਾਂ ਫਿਰ ਮਾਨਸਿਕ ਤੌਰ ਤੇ ਬਿਮਾਰਾ ਬਿਮਾਰ ਹੈਗੇ ਆ ਮਨੋਂ ਭਾਵੇਂ ਨਾ ਮਨੋਂ ਪੁੱਛੋ ਖੁਦ ਨੂੰ ਕੋਈ ਕਿਸੇ ਨੂੰ ਕੋਈ ਨજર ਨਹੀਂ ਲਾਉਂਦਾ ਤੇ ਨਾ ਐਵੇਂ ਕਦੇ ਕੋਈ ਨજર ਲੱਗਦੀ ਇਹ ਸਭ ਸਾਡੀ ਸੋਚ ਤੇ ਨਿਰਭਰ ਕਰਦਾ ਹੈ ਜੋਸੀਂ ਸੋਚਦੇ ਆ ਨਾ ਵੀ ਆ ਫਲਾਣੇ ਦਿਨ ਆ ਕੰਮ ਕਰਾਂਗੇ ਤੇ ਆ ਹੋ ਜਾਏਗਾ ਜੇ ਫਲਾਣੇ ਦਿਨ ਆ ਨਾ ਕੀਤਾ ਤੇ ਆ ਹੋ ਜਾਏਗਾ ਇਸ ਲਈ ਇਹਨਾਂ ਅੰਧਵਿਸ਼ਵਾਸ ਤੋਂ ਬਚਣ ਲਈ ਆਪ ਗੁਰਬਾਣੀ ਪੜ ਉਸ ਤੇ ਵਿਚਾਰ ਕਰੀਏ ਉਸ ਦੇ ਅਰਥਾਂ ਨੂੰ ਸਮਝੋ ਤੇ ਆਪਣੇ ਜੀਵਨ ਦੇ ਵਿੱਚ ਸ਼ਾਮਿਲ ਕਰੋ ਕਿਉਂਕਿ ਗੁਰਬਾਣੀ ਸਾਨੂੰ ਚਾਨਣ ਵਾਂਗ ਰੋਸ਼ਨ ਕਰਦੀ ਹੈ ਉਹ ਸਾਡੇ ਅੰਦਰ ਜਿੰਨਾ ਹਨੇਰਾ ਪਾਪ ਦੁੱਖ ਕਸ਼ਟ ਜੋ ਵੀ ਹੈ ਉਹਨੂੰ ਦੂਰ ਕਰ ਇੱਕ ਅਨੋਖੀ ਸ਼ਕਤੀ ਪ੍ਰਦਾਨ ਕਰਦੀ ਹੈ ਤੇ ਗਲਤ ਰਸਤੇ ਤੇ ਦੂਰ ਲੈ ਕੇ ਜਾਂਦੀ ਹੈ ਜਿੱਥੇ ਪਖੰਡ ਤੇ ਅੰਧਵਿਸ਼ਵਾਸ ਦੀ ਕੋਈ ਥਾਂ ਨਹੀਂ ਹੁੰਦੀ ਜੇ ਆਪਾਂ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਹੈ ਤਾਂ ਪਹਿਲਾਂ ਖੁਦ ਦੀ ਸੋਚ ਬਦਲੀਏ ਪਖੰਡ ਨੂੰ ਤਿਆਗੇ ਤੇ ਗੁਰੂ ਵਾਲੇ ਪਾਸੇ ਬਣੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਉਚਾਰੋ ਤੇ ਸਿੱਧੇ ਰਾਤੇ ਚੱਲੋ ਨਾ ਕਿ ਬੂਹਿਆਂ ਤੇ ਅੱਗੇ ਸਬਜ਼ੀਆਂ ਟੰਗੋ ਤੇ ਕਹੋ ਜੀ ਇਹ ਨજર ਲੱਗਣ ਤੋਂ ਬਚਾਉਂਦੀਆਂ ਇਹੀ ਚੀਜ਼ਾਂ ਨੇ ਜੋ ਸਿੱਖ ਕੌਮ ਨੂੰ ਤੋਂ ਆਪਣੇ ਗੁਰੂ ਤੋਂ ਦੂਰ ਲੈ ਕੇ ਜਾ ਰਹੀਆਂ ਨੇ ਗੁਰੂ ਜੀ ਨੇ ਇਹ ਸੋਚ ਨਹੀਂ ਸੀ ਦਿੱਤੀ ਸਾਨੂੰ ਕਿ ਸਬਜ਼ੀਆਂ ਟਾਂਗ ਲਓ ਇੱਕ ਵਾਰ ਨਾ ਇੱਕ ਬੰਦਾ ਹੁੰਦਾ ਉਹ ਹਰ ਇੱਕ ਚੀਜ਼ ਦੀ ਚਾਬੀ ਬਣਾ ਲੈਂਦਾ ਤੇ ਸਾਰੇ ਜਣੇ ਦੇਖਦੇ ਰਹਿ ਜਾਂਦੇ ਨੇ ਕਿ ਐਵੇਂ ਕਿਵੇਂ ਕਰ ਲੈਂਦਾ ਇੱਕ ਦਿਨ ਸਾਰੇ ਜਣੇ ਸਲਾਹ ਬਣਾਉਂਦੇ ਨੇ ਕਿ ਅਸੀਂ ਤੈਨੂੰ ਡੱਬੇ ਵਿੱਚ ਪਾ ਕੇ ਪਾਣੀ ਵਿੱਚ ਰੱਖਾਂਗੇ ਤੋਂ ਉਤੋਂ ਜਿੰਦਰਾ ਖੋਲ ਬਾਰਉਣਾ ਉਹਨੂੰ ਕੁਝ ਸਮਾਂ ਵੀ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਇੰਨੇ ਸਮੇਂ ਵਿੱਚ ਖੋਲ ਲਈ ਤਾਂ ਨਾ ਖੁੱਲਿਆ ਤਾਂ ਇਹਨੂੰ ਖੜਕਾ ਦੀ ਉਹ ਜਦੋਂ ਅੰਦਰ ਜਾਂਦਾ ਤਾਂ ਆਪਣੀ ਸਾਰੀ ਸਿੱਖਿਆਵਾਂ ਜੋ ਅਜੇ ਤੱਕ ਸਿੱਖੀਆਂ ਸਨ ਉਹ ਲਾ ਦਿੰਦਾ ਪਰ ਡੱਬਾ ਨਹੀਂ ਖੁੱਲਦਾ ਅੰਦਰ ਬੰਦ ਸੀ ਪੇਸ਼ ਕੋਈ ਜਾਂਦੀ ਨਹੀਂ ਸੀ ਉਹਨੇ ਜਲਦੀ ਨਾਲ ਡੱਬਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਅੰਦਰੋਂ ਬਹੁਤ ਦੁਖੀ ਸੀ ਕਿ ਇਹ ਓ ਕਿਉਂ ਹੋਇਆ ਮੇਰੇ ਨਾਲ ਕਿ ਜਿਵੇਂ ਉਹ ਥੱਲੇ ਬੈਠਦਾ ਤਾਂ ਹੱਥ ਲਾਉਂਦਾ ਉਹ ਡੱਬੇ ਦਾ ਟੱਕਣ ਸੀ ਉਹ ਖੁੱਲਾ ਖੁੱਲ ਗਿਆ ਉਹ ਹੁਣ ਸਮਝਿਆ ਕਿ ਡੱਬੇ ਨੂੰ ਤਾਂ ਕੋਈ ਜਿੰਦਰਾ ਵੱਜਾ ਹੀ ਨਹੀਂ ਸੀ ਜਦੋਂ ਸਥਿਤੀਆਂ ਦਾ ਹੱਲ ਬੜਾ ਆਸਾਨ ਹੁੰਦਾ ਹੈ ਨਾ ਤਾਂ ਤੁਹਾਡਾ ਹੁਨਰ ਕਦੇ ਵੀ ਕੰਮ ਨਹੀਂ ਆਉਂਦਾ ਤੇ ਜੇ ਤੁਹਾਡੇ ਵਿੱਚ ਸਥਿਰਤਾ ਤੇ ਠਹਿਰਾਵ ਨਹੀਂ ਹੈ ਨਾ ਕਈ ਵਾਰ ਬਸ ਇਹ ਦੇਖ ਲਵੋ ਕਿ ਕੋਈ ਪਰੇਸ਼ਾਨੀ ਹੈ ਵੀ ਇਹ ਕਿ ਨਹੀਂ ਖੁਦ ਨੂੰ ਦੋ ਪਲ ਫੋਰਸਤ ਦੇਵ ਆਪਾਂ ਹਰ ਵਕਤ ਅੰਜ ਖੁਦ ਨੂੰ ਵਿਅਸਤ ਰੱਖਦੇ ਕਿਉਂਕਿ ਸਾਡੇ ਸਮਾਜ ਵਿੱਚ ਇਹੀ ਚੱਲਦਾ ਪਰ ਖੁਦ ਨੂੰ ਦੋ ਪਲ ਦਿਵ ਜਦੋਂ ਸਾਡੇ ਨਾਲ ਬੈਠੋਗੇ ਆਪਣੇ ਆਪ ਨਾਲ ਬੈਠੋਗੇ ਉਦੋਂ ਹੀ ਪਤਾ ਚੱਲੇਗਾ ਕਿ ਅਸਲ ਵਿੱਚ ਅਸੀਂ ਚਾਹੁੰਦੇ ਕੀ ਹ ਜਿਵੇਂ ਜਦੋਂ ਉਹ ਬੰਦੇ ਨੂੰ ਡੱਬੇ ਅੰਦਰ ਪਾ ਜਿੰਦਰਾ ਖੋਲਣ ਲਈ ਕਿਹਾ ਗਿਆ ਸੀ ਉਦੋਂ ਜਿੰਦਰਾ ਕਿਵੇਂ ਖੋਲਣਾ ਲੋਕ ਮੇਰੀ ਵਡਿਆਈ ਕਰਨ ਉਸ ਸਮੇ ਉਸ ਵਿੱਚ ਵਿਅਸਤ ਹੋ ਗਿਆ ਸੀ ਜਿਸ ਨਾਲ ਉਹਨੂੰ ਦਿਮਾਗ ਵਿੱਚ ਇਹ ਆਇਆ ਹੀ ਨਹੀਂ ਕਿ ਜਿੰਦਰਾ ਤਾਂ ਖੁੱਲਾ ਵੀ ਹੋ ਸਕਦਾ ਹੈ ਮੈਂ ਐਵੇਂ ਚਾਬੀਆਂ ਘੁਮਾਈ ਜਾ ਰਹੀਆਂ ਤੇ ਐਵੇਂ ਹੀ ਅੱਜ ਅਸੀਂ ਆਪਣਾ ਜੀਵਨ ਬਣਾ ਲਿਆ ਇਹ ਇੱਕ ਤੇ ਗੱਲ ਹੀ ਲੱਗਦੀ ਇਹ ਸਾਡੇ ਸਾਰਿਆਂ ਤੇ ਅੱਜ ਸਾਨੂੰ ਕੋਈ ਹੱਲ ਨਹੀਂ ਮਿਲ ਰਿਹਾ ਕਿਉਂਕਿ ਠਹਿਰਾਵ ਨਹੀਂ ਹੈ ਬਸ ਇੱਕੋ ਰੱਟ ਹੈ ਕਿ ਖੁਦ ਨੂੰ ਕੰਮ ਵਿੱਚ ਵਿਅਸਤ ਰੱਖਣਾ ਹੈ ਪਹਿਲਾਂ ਜੋ ਕੰਮ ਕਰਨਾ ਹੈ ਉਹਨੂੰ ਕਿਵੇਂ ਸਿਰੇ ਚੜਾਉਣਾ ਹੈ ਉਹ ਪੂਰਾ ਸੋਚੋ ਤੇ ਫਿਰ ਕਰੋ ਸੋਚ-ਸੋਚ ਕੇ ਕੁਝ ਨਹੀਂ ਹੋਣਾ ਹਰ ਇੱਕ ਚੀਜ਼ ਦਾ ਹੱਲ ਮਿਲੇਗਾ ਬਸ ਥੋੜਾ ਜਿਹਾ ਠਹਿਰਾਵ ਲੈ ਕੇ ਆਓ ਜੀ ਕਿਸੇ ਚੀਜ਼ ਨੂੰ ਕਰਨ ਲਈ 1 ਘੰਟਾ ਹੈ ਤਾਂ 55 ਮਿੰਟ ਸੋਚੋ ਕਿ ਕਰਨਾ ਕਿਵੇਂ ਤੇ 5 ਮਿੰਟ ਵਿੱਚ ਉਹ ਆਪੇ ਹੋ ਜਾਏਗਾ ਹੱਲ ਸਾਡੇ ਸਾਹਮਣੇ ਹੁੰਦਾ ਹੈ ਬਸ ਆਪਾਂ ਉਸ ਵੱਲ ਧਿਆਨ ਨਹੀਂ ਦਿੰਦੇ ਜੋ ਸੋਚਦੇ ਰਹਿੰਨੇ ਹਾਂ ਇਸੇ ਠਹਿਰਾਵ ਤੇ ਮਨ ਨੂੰ ਥੋੜਾ ਜਿਹਾ ਸਕੂਨ ਦਿਓ ਕੁਝ ਜਪਲ ਫੁਰਸਤ ਵੀ ਲਓ ਜਦੋਂ ਇਹ ਸਭ ਕੁਝ ਕਰਨ ਲੱਗ ਗਏ ਨਾ ਤਾਂ ਫਿਰ ਆਪੇ ਜ਼ਿੰਦਗੀ ਸੁਖਾਲੀ ਹੋ ਜਾਵੇਗੀ O vai grunho